ਅੱਜ ਪਟਿਆਲਾ ਵਿਖੇ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਜਿਹੜਾ ਹੈਗਾ ਧੰਨਵਾਦ ਜਿਹੜਾ ਹੈਗਾ ਸਮਾਗਮ ਰੱਖਿਆ ਗਿਆ। ਮਹਾਰਾਣੀ ਪ੍ਰਨੀਤ ਕੌਰ ਜੀ ਇੱਥੇ ਪਹੁੰਚੇ ਹੋਏ, ਮੈਮ ਧੰਨਵਾਦ ਸਮਾਗਮ ਰੱਖਿਆ ਗਿਆ, ਅੱਜ ਵੱਡਾ ਇਕੱਠ ਦੇਖਣ ਨੂੰ ਮਿਲਿਆ ਇੱਥੇ ਪਹੁੰਚੇ ਹੋਏ ਤੁਹਾਨੂੰ ਜਿਹਨਾਂ ਜਿਹਨਾਂ ਨੇ ਮਦਦ ਕੀਤੀ ਸੀ ਤਕਰੀਬਨ ਸਭ ਆਏ। ਵਰਕਰਸ ਦੀ ਧੰਨਵਾਦ ਦੀ ਮੀਟਿੰਗ ਸੀ, ਕਈ ਆ ਨਹੀਂ ਸਕੇ ਉਹਨਾਂ ਦਾ ਵੀ ਧੰਨਵਾਦ ਕੀਤਾ, ਸਾਥ ਬਹੁਤ ਦਿੱਤਾ। ਔਰ ਅਸੀਂ ਚਾਹੁੰਦੇ ਹਾਂ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਜਿਹੜਾ ਇੱਕ ਪਰਿਵਾਰਕ ਪਾਰਟੀ ਦੇ ਨਾਲ ਸਾਥ ਹੈ ਇਹ ਚੱਲਦਾ ਰਹੂਗਾ। ਵਨ ਨੇਸ਼ਨ ਵਨ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ, ਕਿਉਂਕਿ ਵਧੀਆ ਰਿਸਪੌਂਸ ਮਿਲ ਰਿਹਾ? ਮੈਂ ਰਿਸਪੌਂਸ ਤਾਂ ਪਤਾ ਨਹੀਂ, ਮੈਂ ਤਾਂ ਆਪਣੇ ਵੱਲੋਂ ਕਹਿ ਸਕਦੀ ਹਾਂ ਕਿ ਇਹ ਜ਼ਰੂਰੀ ਹੈਗਾ ਕਿ ਜਿਹੜਾ ਵਿੱਤੀ ਭਾਰ ਹੈਗਾ ਸਰਕਾਰ ਤੇ ਲੋਕਾਂ ਤੇ ਇਹ ਘਟੂਗਾ, ਔਰ ਵਧੀਆ ਤਰੀਕੇ ਨਾਲ ਜਿਸ ਤਰ੍ਹਾਂ ਪਹਿਲੇ ਦੀ ਪਰੰਪਰਾ ਸੀ ਉਹ ਫੇਰ ਹੋਏ। ਮੈਨੂੰ ਪਤਾ ਹੈ ਕਿ ਔਕੜਾਂ ਬੜੀਆਂ ਨੇ, ਪਰ ਮੇਰੇ ਖਿਆਲ 'ਚ ਸਭ ਨੂੰ ਇਕੱਠੇ ਹੋ ਕੇ ਇਹ ਦੂਰ ਕਰਕੇ ਇਹਨੂੰ ਜ਼ਰੂਰ ਲਿਆਉਣਾ ਚਾਹੀਦਾ। ਪੰਜਾਬ ਦੇ ਲਾਅ ਐਂਡ ਆਰਡਰ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ, ਕਿਉਂਕਿ ਮੇਨਟੇਨ ਨਹੀਂ ਕਰ ਪਾ? ਬਹੁਤ ਬੁਰੀ ਹਾਲਤ ਹੈ, ਬਹੁਤ ਬੁਰੀ ਹਾਲਤ ਹੈ। ਸੋ ਮਹਾਰਾਣੀ ਪ੍ਰਨੀਤ ਕੌਰ ਇੱਥੇ ਅੱਜ ਸਮਾਗਮ ਦੇ ਵਿੱਚ ਪਹੁੰਚੇ ਤੇ ਧੰਨਵਾਦ ਜਿਹੜਾ ਹੈਗਾ ਉਹ ਸਮਾਗਮ ਰੱਖਿਆ ਗਿਆ ਤੇ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ। ਪਟਿਆਲਾ ਤੋਂ ਕੈਮਰਾਮੈਨ ਅਮਰੀਸ਼ ਦੇ ਨਾਲ ਕੁਲਵਿੰਦਰ ਕੁੰਭ ਦੀ ਰਿਪੋਰਟ। ਅੱਜ ਪਟਿਆਲਾ ਵਿਖੇ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਜਿਹੜਾ ਹੈਗਾ ਧੰਨਵਾਦ ਜਿਹੜਾ ਹੈਗਾ ਸਮਾਗਮ ਰੱਖਿਆ ਗਿਆ। ਮਹਾਰਾਣੀ ਪ੍ਰਨੀਤ ਕੌਰ ਜੀ ਇੱਥੇ ਪਹੁੰਚੇ ਹੋਏ, ਮੈਮ ਧੰਨਵਾਦ ਸਮਾਗਮ ਰੱਖਿਆ ਗਿਆ, ਅੱਜ ਵੱਡਾ ਇਕੱਠ ਦੇਖਣ ਨੂੰ ਮਿਲਿਆ ਇੱਥੇ ਪਹੁੰਚੇ ਹੋਏ ਤੁਹਾਨੂੰ ਜਿਹਨਾਂ ਜਿਹਨਾਂ ਨੇ ਮਦਦ ਕੀਤੀ ਸੀ ਤਕਰੀਬਨ ਸਭ ਆਏ। ਵਰਕਰਸ ਦੀ ਧੰਨਵਾਦ ਦੀ ਮੀਟਿੰਗ ਸੀ, ਕਈ ਆ ਨਹੀਂ ਸਕੇ ਉਹਨਾਂ ਦਾ ਵੀ ਧੰਨਵਾਦ ਕੀਤਾ, ਸਾਥ ਬਹੁਤ ਦਿੱਤਾ। ਔਰ ਅਸੀਂ ਚਾਹੁੰਦੇ ਹਾਂ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਜਿਹੜਾ ਇੱਕ ਪਰਿਵਾਰਕ ਪਾਰਟੀ ਦੇ ਨਾਲ ਸਾਥ ਹੈ ਇਹ ਚੱਲਦਾ ਰਹੂਗਾ। ਵਨ ਨੇਸ਼ਨ ਵਨ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ, ਕਿਉਂਕਿ ਵਧੀਆ ਰਿਸਪੌਂਸ ਮਿਲ ਰਿਹਾ? ਮੈਂ ਰਿਸਪੌਂਸ ਤਾਂ ਪਤਾ ਨਹੀਂ, ਮੈਂ ਤਾਂ ਆਪਣੇ ਵੱਲੋਂ ਕਹਿ ਸਕਦੀ ਹਾਂ ਕਿ ਇਹ ਜ਼ਰੂਰੀ ਹੈਗਾ ਕਿ ਜਿਹੜਾ ਵਿੱਤੀ ਭਾਰ ਹੈਗਾ ਸਰਕਾਰ ਤੇ ਲੋਕਾਂ ਤੇ ਇਹ ਘਟੂਗਾ, ਔਰ ਵਧੀਆ ਤਰੀਕੇ ਨਾਲ ਜਿਸ ਤਰ੍ਹਾਂ ਪਹਿਲੇ ਦੀ ਪਰੰਪਰਾ ਸੀ ਉਹ ਫੇਰ ਹੋਏ। ਮੈਨੂੰ ਪਤਾ ਹੈ ਕਿ ਔਕੜਾਂ ਬੜੀਆਂ ਨੇ, ਪਰ ਮੇਰੇ ਖਿਆਲ 'ਚ ਸਭ ਨੂੰ ਇਕੱਠੇ ਹੋ ਕੇ ਇਹ ਦੂਰ ਕਰਕੇ ਇਹਨੂੰ ਜ਼ਰੂਰ ਲਿਆਉਣਾ ਚਾਹੀਦਾ। ਪੰਜਾਬ ਦੇ ਲਾਅ ਐਂਡ ਆਰਡਰ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ, ਕਿਉਂਕਿ ਮੇਨਟੇਨ ਨਹੀਂ ਕਰ ਪਾ? ਬਹੁਤ ਬੁਰੀ ਹਾਲਤ ਹੈ, ਬਹੁਤ ਬੁਰੀ ਹਾਲਤ ਹੈ। ਸੋ ਮਹਾਰਾਣੀ ਪ੍ਰਨੀਤ ਕੌਰ ਇੱਥੇ ਅੱਜ ਸਮਾਗਮ ਦੇ ਵਿੱਚ ਪਹੁੰਚੇ ਤੇ ਧੰਨਵਾਦ ਜਿਹੜਾ ਹੈਗਾ ਉਹ ਸਮਾਗਮ ਰੱਖਿਆ ਗਿਆ ਤੇ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ। ਪਟਿਆਲਾ ਤੋਂ ਕੈਮਰਾਮੈਨ ਅਮਰੀਸ਼ ਦੇ ਨਾਲ ਕੁਲਵਿੰਦਰ ਕੁੰਭ ਦੀ ਰਿਪੋਰਟ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।